ਦੇਖੋ ਕਿਵੇਂ ਬੱਚੇ ਨੇ ਤੇਂਦੂਏ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਤੇ ਬਾਹਰੋਂ ਕੁੰਡੀ ਲਗਾ ਕੇ ਆਪਣੇ ਪੂਰੇ ਪਰਿਵਾਰ ਦੀ ਤੇ ਆਪਣੀ ਜਾਨ ਬਚਾ ਲਈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਵਿੱਚ ਇੱਕ 12 ਸਾਲ ਦਾ ਮੁੰਡਾ ਜੋ ਕਿ ਆਪਣੇ ਘਰ ਦੇ ਵਿੱਚ ਬੈਠਾ ਹੁੰਦਾ ਹੈ, ਗੇਮ ਖੇਡ ਰਿਹਾ ਹੁੰਦਾ ਹੈ ਫੋਨ ਤੇ, ਜਿਵੇਂ ਕਿ CCTV ਵਿੱਚ ਦੇਖ ਹੀ ਰਿਹਾ ਹੋਵੇਗਾ ਕਿ ਆਪਣੇ ਫੋਨ ਤੇ ਇਹ ਬੱਚਾ ਗੇਮ ਖੇਡ ਰਿਹਾ ਹੈ। ਅਚਾਨਕ ਬਾਹਰ ਦਾ ਜਿਹੜਾ ਗੇਟ ਹੈ ਉਹ ਖੁੱਲਿਆ ਹੋਇਆ ਹੈ, ਤਾਂ ਅਚਾਨਕ ਬਾਹਰੋਂ ਇੱਕ ਤੇਂਦੂਆ ਸਿੱਧਾ ਦੱਬੇ ਪੈਰੀ ਘਰ ਦੇ ਵਿੱਚ ਵੜ ਜਾਂਦਾ ਹੈ। ਬੱਚਾ ਉਸਨੂੰ ਦੇਖ ਕੇ ਘਬਰਾਇਆ ਨਹੀਂ, ਬੱਚੇ ਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ, ਚੁੱਪ ਕਰਕੇ ਉੱਠਿਆ, ਫੋਨ ਆਪਣੇ ਨਾਲ ਰੱਖਿਆ ਅਤੇ ਬਾਹਰ ਨਿਕਲ ਗਿਆ। ਬਾਹਰ ਨਿਕਲਣ ਵੇਲੇ ਵੀ ਉਸਨੇ ਸ਼ੋਰ ਨਹੀਂ ਮਚਾਇਆ, ਉਹ ਵੀ ਦੱਬੇ ਪੈਰੀ ਬੱਚਾ ਜਦ ਬਾਹਰ ਨਿਕਲਿਆ ਤੇ ਉਸਨੇ ਗੇਟ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਆਪਣੇ ਪੂਰੇ ਇਲਾਕੇ ਦੇ ਲੋਕਾਂ ਦੀ ਜਾਨ ਬਚਾ ਲਈ। ਤਾਂ ਇਹ ਬੱਚੇ ਦੀ ਦਲੇਰੀ ਦੇਖੋ, ਨਹੀਂ ਤਾਂ 12 ਸਾਲ ਦਾ ਬੱਚਾ ਤੇ ਸਾਹਮਣੇ ਤੇਂਦੂਆ ਹੋਵੇ, ਹਰ ਕੋਈ ਡਰ ਜਾਂਦਾ ਹੈ ਜਨਾਬ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਸਿਕ ਮਹਾਰਾਸ਼ਟਰ ਦੇ ਮਾਲੇ ਗਾਓਂ ਦੀਆਂ, ਜਿੱਥੇ 12 ਸਾਲ ਦੇ ਬੱਚੇ ਦਾ ਨਾਮ ਮੋਹਿਤ ਵਿਜੇ ਹੈ, ਜੋ ਕਿ ਘਰ ਦੇ ਵਿੱਚ ਬੈਠਾ ਸੀ, ਮੋਬਾਈਲ 'ਤੇ ਗੇਮ ਖੇਡ ਰਿਹਾ ਹੁੰਦਾ ਹੈ। ਅਤੇ ਮੋਬਾਈਲ 'ਤੇ ਗੇਮ ਜਦ ਖੇਡ ਰਿਹਾ ਹੁੰਦਾ ਹੈ ਤਾਂ ਬਾਹਰੋਂ ਦੇਖੋ ਕਿਵੇਂ ਦੱਬੇ ਪੈਰੀ ਇਹ ਚੀਤਾ ਉਸਦੇ ਘਰ ਦੇ ਵਿੱਚ ਵੜ ਜਾਂਦਾ ਹੈ। ਉਸਨੇ ਦਿਮਾਗ ਲਗਾਇਆ, ਬਹਾਦਰੀ ਦੇ ਨਾਲ ਗੇਟ ਬੰਦ ਕਰਕੇ ਬਾਹਰ ਚਲਾ ਗਿਆ ਅਤੇ ਚੀਤੇ ਨੂੰ ਕਮਰੇ ਦੇ ਅੰਦਰ ਹੀ ਬੰਦ ਕਰ ਦਿੱਤਾ। ਤਾਂ ਬੱਚੇ ਦਾ ਦਿਮਾਗ ਦੇਖੋ, ਫਿਰ ਉਸਨੇ ਬਾਹਰ ਜਾ ਕੇ ਆਪਣੇ ਵੱਡਿਆਂ ਨੂੰ ਸੂਚਿਤ ਕੀਤਾ ਕਿ ਘਰ ਦੇ ਵਿੱਚ ਤੇਂਦੂਆ ਹੈ ਅਤੇ ਉਹਨੇ ਕੁੰਡੀ ਲਗਾ ਦਿੱਤੀ ਹੈ ਬਾਹਰੋਂ ਅਤੇ ਤੇਂਦੂਆ ਘਰ ਦੇ ਵਿੱਚ ਬੰਦ ਹੈ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵਨ ਵਿਭਾਗ ਨੂੰ ਬੁਲਾਇਆ ਗਿਆ ਅਤੇ ਤੇਂਦੂਏ ਨੂੰ ਉਹ ਰੈਸਕਿਊ ਕਰਕੇ ਯਾਨੀ ਕਿ ਫੜ ਕੇ ਲੈ ਗਏ। ਤਾਂ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ ਨੇ, ਕਿਉਂਕਿ ਬੱਚੇ ਦੀ ਦਲੇਰੀ ਨੇ ਪੂਰੇ ਇਲਾਕੇ ਦੇ ਲੋਕਾਂ ਦੀ ਜਾਨ ਬਚਾਈ ਹੈ, ਕਿਉਂਕਿ ਇਹ ਜੰਗਲੀ ਜੀਵ ਤੇਂਦੂਆ ਕਿਸੇ ਨੂੰ ਵੀ ਆਸਾਨੀ ਦੇ ਨਾਲ ਮਾਰ ਸਕਦਾ ਹੈ, ਕਿਸੇ ਪਸ਼ੂ ਨੂੰ ਜਾਂ ਫਿਰ ਕਿਸੇ ਵੀ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਇਸ ਬੱਚੇ ਦੀ ਬਦੌਲਤ ਇਸ ਪੂਰੇ ਇਲਾਕੇ ਦੇ ਲੋਕਾਂ ਦੀ ਜਾਨ ਬਚ ਗਈ। ਜੇਕਰ ਇਹ ਬੱਚਾ ਰੌਲਾ ਪਾ ਦਿੰਦਾ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਤੇਂਦੂਏ ਨੇ ਇਸ ਬੱਚੇ 'ਤੇ ਅਟੈਕ ਕਰ ਦੇਣਾ ਸੀ। ਪਰ ਬੱਚੇ ਦੇ ਦਿਮਾਗ ਨੇ ਤਾਂ ਕਮਾਲ ਹੀ ਕਰ ਦਿੱਤੀ, ਦੱਬੇ ਪੈਰੀ ਬੱਚਾ ਉੱਠ ਕੇ ਬਾਹਰ ਗਿਆ, ਬਾਹਰੋਂ ਕੁੰਡਾ ਲਗਾ ਦਿੱਤਾ। ਅਤੇ ਇੱਕ ਹੋਰ ਚੀਜ਼ ਆ, ਜਦ ਬੱਚਾ ਸੋਫੇ ਤੋਂ ਉੱਠਦਾ ਹੈ ਤਾਂ ਨਾਲ ਉਹ ਆਪਣੇ ਫੋਨ ਲੈ ਕੇ ਉੱਠਿਆ, ਫੋਨ ਵੀ ਉਸਨੇ ਕਮਰੇ ਦੇ ਅੰਦਰ ਨਹੀਂ ਛੱਡਿਆ, ਫੋਨ ਵੀ ਬੱਚਾ ਆਪਣੇ ਨਾਲ ਹੀ ਕਮਰੇ ਤੋਂ ਬਾਹਰ ਲੈ ਗਿਆ ਅਤੇ ਬਾਹਰੋਂ ਕਮਰੇ ਨੂੰ ਕੁੰਡੀ ਲਗਾ ਦਿੱਤੀ ਅਤੇ ਪੂਰੇ ਪਰਿਵਾਰ ਨੂੰ ਤੇਂਦੂਏ ਤੋਂ ਬਚਾ ਲਿਆ।